ਕਾਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਅੱਜ ਆਪਾਂ ਟੌਪਿਕ ਨੰਬਰ 3 ਕਰ ਰਹੇ ਹਾਂ ਹਿਸਟਰੀ ਦਾ BA SM 1 ਦੀ ਜਿਹੜੇ ਵੀ ਬੱਚੇ ਨੇ ਟੌਪਿਕ ਨੰਬਰ 2 ਨਹੀਂ ਦੇਖਿਆ ਉਹ ਪਹਿਲਾਂ ਟੌਪਿਕ ਨੰਬਰ 2 ਦੇਖਣ ਤਾਂ ਹੀ ਤੁਹਾਨੂੰ ਟੌਪਿਕ ਨੰਬਰ 3 ਸਮਝ ਆਏਗਾ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਭਾਰਤ ਦੇ ਇਤਿਹਾਸ ਤੇ ਪ੍ਰਭਾਵ ਸੋ ਜਿਨ੍ਹਾਂ ਨੇ ਸੋਸ਼ੀਓਲੋਜੀ ਅਤੇ ਰਿਲੀਜੀਅਨ ਵੀ ਆਪਟ ਕੀਤਾ ਹੈਗਾ ਉਹ ਵੀ ਮੇਰੇ ਵੀਡੀਓਜ਼ ਨੂੰ ਦੇਖ ਸਕਦੇ ਨੇ ਕਿਉਂਕਿ ਪਲੇਲਿਸਟ ਵਿੱਚ ਜਾ ਕੇ ਜਿਹੜਾ ਹੈ ਕਾਫੀ سارے ਵੀਡੀਓਜ਼ ਪਈ ਨੇ ਅਤੇ ਸਿਲੇਬਸ ਵੀ ਪਈ ਨੇ ਜਿਨ੍ਹਾਂ ਨੇ ਸਿਲੇਬਸ ਨਹੀਂ ਪਤਾ ਜਿਨ੍ਹਾਂ ਨੂੰ ਸਿਲੇਬਸ ਡਾਊਨਲੋਡ ਨਹੀਂ ਕੀਤਾ ਅਤੇ ਨਾਲ ਹੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰਨ ਅਤੇ ਬੈਲ ਆਈਕਨ ਵੀ ਦਬਾ ਦੇਣ ਤਾਂ ਕਿ ਕੋਈ ਵੀ ਨੋਟਿਸ ਨੋਟੀਫਿਕੇਸ਼ਨ ਹੈ ਨੋਟਿਸ ਹੈ ਮੈਂ ਤੁਹਾਡੇ ਤੱਕ ਫਟਾਫਟ ਪਹੁੰਚਾਵਾਂ ਅਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਉਸ ਤੱਕ ਮੇਰੀ ਵੀਡੀਓ ਪਹੁੰਚਦੀ ਹੋਵੇ ਸੋ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਇਮਪੈਕਟ ਆਫ ਜੀਓਗ੍ਰਾਫੀਕਲ ਫੀਚਰਸ ਔਨ ਇੰਡੀਅਨ ਹਿਸਟਰੀ ਪਾਰਥ ਅਤੇ ਭੂਗੋਲ ਦਾ ਆਪਸ ਦੇ ਵਿੱਚ ਗਹਿਰਾ ਸਬੰਧ ਹੈ ਕਿਉਂ ਕਿ ਮਨੁੱਖ ਭੂਗੋਲ ਦੇ ਵਿੱਚ ਹੀ ਰਹਿੰਦਾ ਹੈ ਨਾ ਧਰਤੀ ਤੇ ਹੀ ਰਹਿੰਦਾ ਹੈ ਤੇ ਉਹ ਧਰਤੀ ਦੀ ਜਿਹੜੀ ਸਟੱਡੀ ਹੈ ਉਹ ਭੂਗੋਲ ਹੈ ਤਾਂ ਮਨੁੱਖ ਨੇ ਧਰਤੀ ਤੇ ਰਹਿਣਾ ਓਬਵੀਅਸ ਜੀ ਗੱਲ ਹੈਗੀ ਆ ਮਨੁੱਖੀ ਇਤਿਹਾਸ ਕਰਦਾ ਹੈ ਕੋਈ ਜੀਵ ਜੰਤੂ ਇਤਿਹਾਸ ਨਹੀਂ ਕਰਦਾ ਕਿਉਂਕਿ ਮਨੁੱਖ ਕੋਲੇ ਹੀ ਜਿਹੜਾ ਹੈਗਾ ਦਿਮਾਗ ਹੈ ਸੋ ਭੂਗੋਲ ਅਤੇ ਇਤਿਹਾਸ ਆਪਸ ਚ ਗਹਿਰੇ ਸਬੰਧਿਤ ਨੇ ਭੂਗੋਲ ਵਿੱਚ ਪਹਾੜ ਆ ਗਏ ਪਠਾਰ ਆ ਗਏ ਮੈਦਾਨ ਜਲਵਾਯੂ ਪੈਦਾਵਾਰ ਲੇਕਿਨ ਇਤਿਹਾਸ ਦੇ ਵਿੱਚ ਕੀ ਆਗੀਆਂ ਮਨੁੱਖ ਦੀਆਂ ਸਫਲਤਾਵਾਂ ਅਸਫਲਤਾਵਾਂ ਮਨੁੱਖ ਦੀਆਂ ਸਫਲਤਾਵਾਂ ਅਸਫਲਤਾਵਾਂ ਕਾਦੇ ਕਰਕੇ ਆਉਂਦੀਆਂ ਨੇ ਭੂਗੋਲਿਕ ਵਾਤਾਵਰਣ ਕਰਕੇ ਹੈਨਾ ਓਬਵੀਅਸਲੀ ਗੱਲ ਹੈਗੀ ਹੈ ਕਿ ਜਿਹੜਾ ਬੰਦਾ ਗਰਮ ਏਰੀਆਸ 'ਚ ਰਹੇਗਾ ਉਹ ਬਹੁਤ ਉਹਦਾ ਦਿਮਾਗ ਗਰਮ ਹੋਏਗਾ ਹੈਨਾ ਜੋ ਛਿਲੇ ਸੁਭਾ ਦਾ ਹੋਏਗਾ ਬਹਾਦਰ ਹੋਏਗਾ ਲੇਕਿਨ ਠੰਡੇ ਏਰੀਆ ਵਾਲੇ ਥੋੜੇ ਸ਼ਾਂਤ ਹੁੰਦੇ ਨੇ ਹੈਨਾ ਸੋ ਇਹ ਜਿਹੜਾ ਹੈ ਜੋ ਗ੍ਰਾਫੀਕਲ ਫੀਚਰਸ ਆ ਵੀ ਜਿਹੜਾ ਇੰਪੈਕਟ ਹੈਗਾ ਮਨੁੱਖ ਤੇ ਬਹੁਤ ਪੈਂਦਾ ਹੈ ਸੋ ਜਿਹੜੇ ਵੀ ਮਨੁੱਖ ਵਾਤਾਵਰਣ ਚ ਰਹਿੰਦਾ ਉਹਦਾ ਇਫੈਕਟ ਪੈਂਦਾ ਹੈਗਾ ਤੇ ਭਾਰਤੀ ਭੂਗੋਲ ਦਾ ਭਾਰਤੀ ਇਤਿਹਾਸ ਤੇ ਡੂੰਘਾ ਪ੍ਰਭਾਵ ਹੈ ਕਿਉਂਕਿ ਦੇਖਿਆ ਆਪਾਂ ਨੇ ਪਿਛਲੇ ਟੌਪਿਕ ਦੇ ਵਿੱਚ ਕੀਤਾ ਸੀ ਕਿ ਭਾਰਤ ਦੇ ਇੱਕ ਪਾਸੇ ਹਿਮਾਲਿਆ ਪਰਬਤ ਹੈ ਕਿਤੇ ਪਹਾੜ ਨੇ ਕਿਤੇ ਪਠਾਰ ਨੇ ਕਿਤੇ ਮੈਦਾਨ ਨੇ ਅਤੇ ਕਿਤੇ ਕਿਨੇ ਤਟਵਰਤੀ ਮੈਦਾਨ ਨੇ ਸੋ ਇਹਨਾਂ ਏਰੀਆਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਭਾਰਤ ਦੀ ਭੂਗੋਲਿਕ ਸਥਿਤੀ ਦਾ ਹੈਨਾ ਸੋ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਕਿਹੜੇ ਕਿਹੜੇ ਪ੍ਰਭਾਵ ਨੇ ਰਾਜਨੀਤਿਕ ਪ੍ਰਭਾਵ ਸਮਾਜਿਕ ਪ੍ਰਭਾਵ ਆਰਥਿਕ ਧਾਰਮਿਕ ਅਤੇ ਸੱਭਿਆਚਾਰਕ ਪ੍ਰਭਾਵ ਜਿਨ੍ਹਾਂ ਦੇ ਵਿੱਚੋਂ ਦੋ ਜਿਹੜੇ ਹੈਗੇ ਨੇ ਰਾਜਨੀਤਿਕ ਅਤੇ ਸਮਾਜਿਕ ਪ੍ਰਭਾਵ ਆਪਾਂ ਅੱਜ ਪੜਾਂਗੇ ਉਸ ਤੋਂ ਨੈਕਸਟ ਵਾਲਾ ਟੌਪਿਕ ਜਿਹੜਾ ਹੈਗਾ ਆਰਥਿਕ ਪ੍ਰਭਾਵ ਧਾਰਮਿਕ ਪ੍ਰਭਾਵ ਅਤੇ ਸੱਭਿਆਚਾਰਕ ਪ੍ਰਭਾਵਾਂ ਦਾ ਹੋਏਗਾ ਵੀਡੀਓ ਮਿਸ ਨਾ ਕਰਿਓ ਹੈਨਾ ਸੋ ਕਾਫੀ ਸਾਰੇ ਮਾਰਕਸ ਹੈ ਇਹ ਕੁਐਸਚਨ ਆਉਂਦੇ ਨੇ ਦੋਨੋਂ ਟੌਪਿਕ ਨੰਬਰ 2 ਅਤੇ ਟੌਪਿਕ ਨੰਬਰ 3 ਅੱਜ ਵਾਲੇ ਟੌਪਿਕ ਦਾ ਵੀ ਤੇ ਪਿਛਲੇ ਟੌਪਿਕ ਦਾ ਵੀ ਸੋ ਰਾਜਨੀਤਿਕ ਪ੍ਰਭਾਵ ਦੇ ਵਿੱਚ ਆਪਾਂ ਪੜੀਏ ਤਾਂ ਤਿੰਨ ਪਾਸੇ ਤੋਂ ਪ੍ਰਕਿਰਿਤਿਕ ਰੱਖਿਆ ਦੇਖੋ ਜਿਨ੍ਹਾਂ ਨੇ ਪਿਛਲਾ ਟੌਪਿਕ ਮਿਸ ਕੀਤਾ ਉਹਨਾਂ ਨੂੰ ਨਹੀਂ ਪਤਾ ਹੋਏਗਾ ਲੇਕਿਨ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਪਤਾ ਹੋਏਗਾ ਕਿ ਤਿੰਨ ਪਾਸੇ ਤੋਂ ਸਾਡੀ ਜਿਹੜੀ ਰੱਖਿਆ ਹੈਗੀ ਹੈ ਕੌਣ ਕਰਦਾ ਹੈ ਆਬਵੀਅਸ ਜੀ ਗੱਲ ਹੈਗੀ ਹੈ ਹਿਮਾਲਿਆ ਪਰਬਤ ਕਰਦਾ ਕਿਉਂਕਿ ਆਪਾਂ ਪਿਛਲੇ ਟੌਪਿਕ 'ਚ ਵੀ ਪੜ੍ਹਿਆ ਸੀ ਇਹ ਤਿੰਨੇ ਪਾਸੇ ਤੋਂ ਭਾਰਤ ਦੀ ਰੱਖਿਆ ਕਰਦੀ ਹੈ ਕਰਦਾ ਕਿਉਂਕਿ ਕੋਈ ਵੀ ਹਮਲਾਵਰ ਹੈਗਾ ਐਡੇ ਉੱਚੇ ਉੱਚੇ ਪਰਬਤ ਨੂੰ ਪਾਰ ਕਰਕੇ ਆਣਾ ਉਹਦੇ ਲਈ ਬਹੁਤ ਮੁਸ਼ਕਿਲ ਹੈਗਾ ਤਾਂ ਕਰਕੇ ਜਿਹੜਾ ਹੈ ਇਹ ਤਿੰਨੇ ਪਾਸੇ ਤੋਂ ਭਾਰਤ ਦੀ ਰੱਖਿਆ ਕਰਦਾ ਤਾਂ ਕਿ ਕੋਈ ਹਮਲਾਵਰ ਆ ਨਾ ਜਾਵੇ ਹੈਨਾ ਉੱਤਰ ਦੇ ਵਿੱਚ 2500 ਕਿਲੋਮੀਟਰ ਲੰਬਾ 240 ਤੋਂ 320 ਕਿਲੋਮੀਟਰ ਚੌੜਾ ਹਿਮਾਲਿਆ ਪਰਬਤ ਹੈ ਯੁੱਗਾਂ ਯੁੱਗਾਂ ਤੱਕ ਕੋਈ ਵੀ ਹਮਲਾਵਰ ਜਿਹੜਾ ਹੈਗਾ ਇੱਥੇ ਹਮਲਾ ਨਹੀਂ ਕਰਨ ਦੀ ਹਿੰਮਤ ਕਰ ਸਕਿਆ ਅ ਬਿਸਾਈਡ ਚੀਨ ਚੀਨ ਜਿਹੜਾ ਹੈਗਾ 1962 ਦੇ ਵਿੱਚ ਪਹਿਲੀ ਵਾਰ ਚੀਨ ਨੇ ਇਸ ਪਾਸੇ ਤੋਂ ਹਮਲਾ ਕੀਤਾ ਸੀ ਅਤੇ ਭਾਰਤ ਵਿੱਚ ਹਿਮਾਲਿਆ ਪਰਬਤ ਇੱਕ ਪਹਿਰੇਦਾਰ ਵਾਂਗੂ ਕਰਦਾ ਕੰਮ ਕਰਦਾ ਹੈ ਕੋਈ ਵੀ ਜਿਹੜਾ ਹਮਲਾਵਰ ਹੈਗਾ ਇਸ ਤੇ ਹਮਲਾ ਨਹੀਂ ਕਰ ਪਾਇਆ ਐਕਸੈਪਟ ਜਿਹੜਾ ਹੈਗਾ ਚਾਈਨਾ ਤੋਂ ਚੀਨ ਨੇ ਹੀ ਕੀਤਾ ਸੀ 1662 ਦੇ ਵਿੱਚ ਫਿਰ ਜਿਹੜਾ ਹੈਗਾ ਭਾਰਤ ਦਾ ਉੱਤਰੀ ਏਸ਼ੀਆ ਤੋਂ ਅਲगाव ਭਾਰਤ ਜਿਹੜਾ ਹੈ ਉੱਤਰੀ ਏਸ਼ੀਆ ਤੋਂ ਅਲੱਗ ਕਿੰਦਾ ਹੈ ਹੈ ਤਾਂ ਏਸ਼ੀਆ ਦਾ 파ਠ ਲੇਕਿਨ ਅਲੱਗ ਤਾਂ ਕਰਕੇ ਕਿਉਂਕਿ ਇੱਥੇ ਜਿਹੜੇ ਨੇ ਪਹਾੜਾਂ ਦੇ ਦਰੇ ਨੇ ਉੱਤਰੀ ਏਸ਼ੀਆ ਸਾਈਡ ਬਰਫ਼ ਨਾਲ ਟਕੇ ਹੋਏ ਨੇ ਇਹ ਪਾਰ ਕਰਨੇ ਬੜੇ ਔਖੇ ਨੇ ਇਸੇ ਕਰਕੇ ਚੀਨ ਅਤੇ ਜਾਪਾਨ ਨਾਲ ਭਾਰਤ ਦਾ ਘੱਟ ਸੰਬੰਧ ਰਿਹਾ ਅਤੇ ਇਤਿਹਾਸ ਦੇ ਵਿੱਚ ਵੀ ਅਲੱਗ ਤੇ ਹੀ ਵੱਖਰਾ ਦਿਖਦਾ ਹੈਗਾ ਹੈਨਾ ਸੋ obvious ਗੱਲ ਹੈਗਾ برف ਦੇ ਨਾਲ ਟਕੀਆਂ ਹੋਈਆਂ ਚੋਟੀਆਂ ਨੂੰ ਪਾਰ ਕਰਨਾ ਬੜਾ ਮੁਸ਼ਕਿਲ ਹੈ ਤਾਂ ਕਰਕੇ ਜਿਹੜਾ ਹੈ ਚੀਨ ਅਤੇ ਜਾਪਾਨ ਦੇ ਨਾਲ ਇਹਦਾ ਸੰਬੰਧ ਥੋੜਾ ਘਟ ਰਿਹਾ ਹੈ ਇਹਨਾਂ ਦਰਿਆਾਂ ਤੋਂ ਉਤਰੀ ਏਸ਼ੀਆ ਤੋਂ ਇਹ ਤਾਂ ਕਰਕੇ ਥੋੜਾ ਜਿਹਾ ਅਲੱਗ ਜਾਪਦਾ ਹੈ ਜੇ ਗੱਲ ਕਰੀਏ ਉੱਤਰ ਪੱਛਮ ਤੋਂ ਹਮਲਾਵਰਾਂ ਦਾ ਪ੍ਰਵੇਸ਼ ਹਿਮਾਲਿਆ ਦੇ ਉੱਤਰ ਦੇ ਵਿੱਚ ਜਿਹੜਾ ਹੈ ਉੱਤਰ ਪੱਛਮ ਦੇ ਵਿੱਚ ਖੈਬਰ ਕੁਰਮ ਟੋਚੀ ਗੋਮਲ ਬੋਲਨ ਵਰਗੇ ਜਿਹੜੇ ਨੇ ਦਰੇ ਇਹ ਨੀਵੇਂ ਨੇ ਅਤੇ ਇੰਨੀ ਜ਼ਿਆਦਾ برف ਦੇ ਨਾਲ ਵੀ ਟਕੇ ਨੇ ਰੰਦੇ ਇਹਨਾਂ ਕਰਕੇ ਇਹਨਾਂ ਨੂੰ ਪਾਰ ਕਰਨਾ ਥੋੜਾ ਆਸਾਨ ਹੈ ਇੱਥੇ ਤੋਂ ਹੀ ਜਿਹੜੇ ਹਮਲਾਵਰ ਨੇ ইরਾਨੀ ਹੋ ਗਏ ਯੂਨਾਨੀ ਹੋ ਗਏ ਕੁਸ਼ਾਨ ਹੋ ਗਏ ਹੂਨ ਹੋ ਗਏ ਸ਼ੱਕ ਤੁਰਕ ਮੁਗਲ ਅਤੇ ਦੁਰਾਨੀ ਨੇ ਭਾਰਤ ਵੱਲ ਚੜ੍ਹਾਈ ਕੀਤੀ ਅਤੇ ਇੱਥੇ ਹੀ ਉਹਨਾਂ ਨੇ ਕਈ ਕਾਫੀ ਸਾਰੇ ਰਾਜ ਵੀ ਸਥਾਪਿਤ ਕੀਤੇ ਇੱਥੇ ਹੀ ਵਸ ਗਏ ਹੁਣ ਦੇਖੋ ਐਨੇ ਸਾਰੇ ਜਿਹੜੇ ਹੂਨ ਆਏ ਨੇ ਕੁਸ਼ਾਨ ਆਏ ਨੇ ਯੂਨਾਨੀ ਆਏ ਨੇ ਕਾਫੀ ਸਾਰੇ ਤਾਂ ਇੱਥੇ ਘਰ ਵਸਾ ਕੇ ਰਹਿ ਗਏ ਇੱਥੇ ਮੈਰਿਜਸ ਕੀਤੀਆਂ ਹੈਨਾ ਸੋ ਇੱਥੇ ਰਹਿ ਗਏ ਤਾਂ ਉਹਨਾਂ ਦਾ ਓਬਵੀਅਸ ਜੀ ਗੱਲ ਹੈਗੀ ਹੈ ਕਲਚਰ ਜਿਹੜਾ ਮਿਕਸ ਅਪ ਕਲਚਰ ਆਪਣੇ ਭਾਰਤ ਦਾ ਮਿਲਦਾ ਇਸੇ ਇੱਕ ਚੀਜ਼ ਕਰਕੇ ਵੀ ਮਿਲਦਾ ਹੈਗਾ ਕਿਉਂਕਿ ਕਾਫੀ ਸਾਰੇ ਯੂਨਾਨੀ, ইরਾਨੀ, ਜਿੰਨੇ ਵੀ ਹੋਏ ਨੇ ਕੁਸ਼ਾਨ, ਹੂਨ, ਸ਼ੱਕ, ਤੁਰਕ, ਮੁਗਲ ਹੈਨਾ, ਦੁਰਾਨੀ ਉਹਨਾਂ ਸਭ ਨੇ ਇੱਥੇ ਆ ਕੇ ਘਰ ਬਸਾਉਣੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਉਹਨਾਂ ਦੇ ਕਲਚਰ ਦਾ ਪ੍ਰਭਾਵ ਆਪਣੇ ਕਲਚਰ ਦੇ ਉੱਤੇ ਵੀ ਮਿਲਦਾ ਤੇ ਮਿਕਸ ਐਂਡ ਮੈਚ ਕਲਚਰ ਜਿਹੜਾ ਹੋ ਗਿਆ ਆਪਣੇ ਹੋ ਗਿਆ ਹੈਨਾ ਆਪਣੇ ਭਾਰਤ ਦਾ ਕਲਚਰ ਉਹਨਾਂ ਨਾਲ ਮਿਕਸ ਹੋ ਗਿਆ ਉਹਨਾਂ ਦਾ ਆਪਣੇ ਭਾਰਤ ਦੇ ਨਾਲ ਹੋ ਗਿਆ ਪੰਜਾਬ ਭਾਰਤ ਦਾ ਪ੍ਰਵੇਸ਼ ਦਵਾਰ ਪਾਰਥ ਦੇ ਵਿੱਚ ਜੇ ਗੱਲ ਕਰੀਏ ਤਾਂ ਪੰਜਾਬ ਜਿਹੜਾ ਹੈਗਾ ਉਹ ਕਹਿੰਦੇ ਅਖਾੜੀਆਂ ਦਾ ਜਿਹੜਾ ਹੈਗਾ ਪ੍ਰਾਂਤ ਰਿਆ ਹੈਗਾ ਸੋ ਕਾਫੀ ਸਨੀਆਂ ਲੜਾਈਆਂ ਦਾ ਇਹ ਖਾੜਾ ਰਿਆ ਹੈਗਾ ਪਾਰਥ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਹਮਲਾਵਰ ਸਭ ਤੋਂ ਪਹਿਲਾਂ ਇੱਥੇ ਹੀ ਭੁਜਦੇ ਸੀ ਅਤੇ ਪੰਜਾਬ ਜਿੱਤਣਾ ਉਹਨਾਂ ਦਾ ਮੇਨ ਮੁੱਦਾ ਹੁੰਦਾ ਸੀ ਜਿਨ੍ਹਾਂ ਨੇ ਪੰਜਾਬ ਜਿੱਤ ਲਿਆ ਓਬਵੀਅਸਲੀ ਉਹਨਾਂ ਨੇ ਦਿੱਲੀ ਜਿੱਤ ਲਈ ਸੋ ਇਸ ਕਰਕੇ ਜਿਹੜਾ ਹੈ ਚੰਦਰਗੁਪਤ ਮੋਰੀਆ ਸ਼ੱਕ ਹੋਏ ਨੇ ਹੂਣ ਹੋਏ ਨੇ ਕੁਸ਼ਾਨ ਇਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ 'ਚ ਯੁੱਧ ਲੜੇ ਪ੍ਰਥਵੀ ਰਾਜ ਜਿਹੜਾ ਸੀਗਾ ਚੋਹਾਨ ਅਤੇ ਮੁਹੰਮਦ ਗੋਰੀ ਨੇ 1899 ਦੇ ਵਿੱਚ 1900 ਸੌਰੀ 1192 ਦੇ ਵਿੱਚ ਤਰਾਣ ਦਾ ਯੁੱਧ ਹੋਇਆ ਠੀਕ ਹੈ 1191 ਦੇ ਵਿੱਚ ਹੋਇਆ 92 ਦੇ ਵਿੱਚ ਹੋਇਆ ਤਰਾਣ ਦਾ ਯੁੱਧ ਅਤੇ ਇਹ ਵੀ ਪੰਜਾਬ 'ਚ ਹੋਇਆ 1526 ਦੇ ਵਿੱਚ ਬਾਬਰ ਇਬਰਾਹਿਮ ਦਾ 1526 'ਚ ਅਕਬਰ ਹੀਮੂ 1768 ਵਿੱਚ ਅਹਿਮਦ ਅਬਦਾਲੀ ਹੋਗੇ ਅਤੇ ਮਰਾਠਿਆਂ ਦੀਆਂ ਲੜਾਈਆਂ ਜਿਹੜੀਆਂ ਸੀਗੀਆਂ ਇੱਥੇ ਹੀ ਹੋਈਆਂ ਸੋ ਮੇਨ ਜਿਹੜੀਆਂ ਨੇ ਲੜਾਈਆਂ ਇੱਥੇ ਤੋਂ ਹੀ ਸਟਾਰਟ ਕਿਉਂਕਿ ਜਦੋਂ ਇੱਥੇ ਐਂਟਰ ਹੁੰਦੇ ਸੀ ਤਾਂ ਜਿਹੜੇ ਬਾਰਡਰ ਸਾਈਡ ਹੋ ਗਿਆ ਨਾ ਤਾਂ ਜਿਹੜੇ ਉਧਰੋਂ ਦੀ ਹੁੰਦੇ ਸੀ ਆਪਣੇ ਭਾਰਤ ਦੇ ਉਹ ਵੀ ਇੱਥੇ ਖੜ੍ਹ ਜਾਂਦੇ ਸੀ ਕਿਉਂਕਿ ਪੰਜਾਬ ਜਿਹੜਾ ਸੀਗਾ ਸੈਂਟਰ ਪੁਆਇੰਟ ਹੁੰਦਾ ਸੀਗਾ ਉਸ ਤੋਂ ਬਾਅਦ ਆਕਰਸ਼ਨ ਸਥਾਨ ਦੀ ਗੱਲ ਕਰੀਏ ਆਪਨਾ ਭਾਰਤ ਜਿਹੜਾ ਹੈਗਾ ਇਹ ਇੱਕ ਆਕਰਸ਼ਨ ਆਕਰਸ਼ਨ ਦਾ ਸਥਾਨ ਰਿਹਾ ਬਹੁਤ ਹੀ ਅਟਰੈਕਟ ਰਏ ਨੇ ਲੋਕ ਇੱਥੇ ਆਣ ਨੂੰ ਕਿਉਂਕਿ ਭਾਰਤ ਨੂੰ ਸੋਨੇ ਦੀ ਛਿੜੀ ਗਿਆ ਜਾਂਦਾ ਸੀਗਾ ਹੈਨਾ ਭਾਰਤ ਦੀ ਗੰਗਾ ਤੇ ਸਿੰਧ ਦੇ ਮੈਦਾਨ ਉਪਜਾਊ ਸੀਗੇ ਹੈਨਾ ਇੱਥੋਂ ਦੀ ਧਰਤੀ ਉਪਜਾਊ ਹੈ ਤਾਂਨ ਦੌਲਤ ਬਹੁਤ ਜ਼ਿਆਦਾ ਤਾਂ ਕਰਕੇ ਹਮਲਾਵਰਾਂ ਨੇ ਇੱਥੇ ਕਿੰਨੀ ਵਾਰ ਹਮਲਾ ਕੀਤਾ ਅਤੇ ਕੁਝ ਨੇ ਤਾਂ ਲੁੱਟਿਆ ਤੇ ਚਲੇ ਗਏ ਕੁਝ ਕ ਇੱਥੇ ਹੀ ਰਹਿ ਗਏ ਹੁਣ ਜੇ ਆਪਾਂ ਗੱਲ ਕਰੀਏ ਤੇ ਇਤਿਹਾਸ ਦੇ ਵਿੱਚ ਮੁਹੰਮਦ ਗਜਨਵੀ ਨੇ ਸੌਰੀ ਮਹਿਮੂਦ ਗਜਨਵੀ ਨੇ 17 ਵਾਰ ਭਾਰਤ ਤੇ ਹਮਲਾ ਕੀਤਾ ਸੀ ਅਤੇ ਉਹਦਾ ਰੀਜ਼ਨ ਕੀ ਸੀਗਾ ਲੁੱਟ ਲੁੱਟ ਕੇ ਭਾਰਤ ਨੂੰ ਲੈ ਜਾਂਦਾ ਸੀਗਾ ਹੀਰੇ ਜਵਾਹਰ ਸੋਨੇ ਚਾਹੁੰਦੀ ਜੋ ਵੀ ਹੁੰਦਾ ਸੀਗਾ ਲੁੱਟ ਕੇ ਲੈ ਜਾਂਦਾ ਸੀ ਮੂਰਤੀਆਂ ਤਬਾਹ ਕਰ ਦਿੰਦਾ ਸੀਗਾ ਹੈਨਾ ਪਰ ਕਾਫੀ ਸਾਰੇ ਇੱਥੇ ਟਿਕ ਕੇ ਵੀ ਰਹਿ ਗਏ ਨੇ ਉਹ ਤਾਂ ਟਿਕਿਆ ਨਹੀਂ ਲੇਕਿਨ ਕਾਫੀ ਸਾਰੇ ਜਿਹੜੇ ਹੋਏ ਨੇ ਬਾਦ ਦੇ ਵਾਲੇ ਉਰੇ ਟਿਕ ਕੇ ਰਹਿ ਗਏ ਨੇ ਇੱਥੇ ਤਾਂ ਕਰਕੇ ਜਿਹੜਾ ਹੈਗਾ ਇਹ ਆਕਰਸ਼ਨ ਸਥਾਨ ਰਿਹਾ ਹੈ ਕਿ ਭਾਰਤ ਸੋਨੇ ਦੀ ਚਿੜੀ ਹੈ ਤੇ ਚਲੋ ਇਹਨੂੰ ਦੇਖੀਏ ਵੀ ਇਹਦੇ ਵਿੱਚ ਕੀ ਹੈ ਹੈਨਾ ਸੋ ਇਹਨੂੰ ਲੁੱਟ ਲੁੱਟ ਕੇ ਜਾਂਦੇ ਰਹੇ ਨੇ ਲੜਾਈਆਂ ਕਰ ਕਰਕੇ ਦਿੱਲੀ ਭਾਰਤ ਦੀ ਰਾਸਤਾਨੀ ਦਿੱਲੀ ਹੈਗੀ ਹੈ ਭਾਰਤ ਦੇ ਕੇਂਦਰ ਦੇ ਵਿੱਚ ਭਾਰਤ ਦਾ ਦਿਲ ਵੀ ਕਿਹਾ ਜਾਂਦਾ ਹੈ ਸ਼ੁਰੂ ਤੋਂ ਹੀ ਇਹ ਬਹੁਤ ਸਾਰੇ ਸ਼ਾਸਕਾਂ ਦੀ ਜਿਹੜੀ ਹੋਈ ਹੈ ਰਾਸਤਾਨੀ ਰਹੀ ਹੈ ਅਤੇ ਉਚਿਤ ਵੀ ਹੈਗਾ ਕਿਉਂਕਿ ਇਹ ਸੈਂਟਰ ਚ ਹੁੰਦੀ ਸੀ ਮੁਗਲ ਅਤੇ ਗੁਪਤ ਕਾਲ ਦੇ ਕਾਫੀ سارے ਸ਼ਾਸਕਾਂ ਨੇ ਪਾਟਲੀ ਪੁੱਤਨ ਨੂੰ ਰਾਸਤਾਨੀ ਬਣਾਈ ਸੀ ਲੇਕਿਨ ਇਹ ਉਹਨਾਂ ਦੀ ਭੁੱਲ ਸੀ ਮੁਹੰਮਦ ਤੁਗਲਕ ਨੇ ਵੀ ਕੀ ਕੀਤਾ ਸੀ ਦਿੱਲੀ ਥਾਂ ਦੇ ਦੇਵਗਿਰ ਨੂੰ ਰਾਸਤਾਨੀ ਬਣਾ ਲਿਆ ਤਾਂ ਉਹਨੇ ਵੀ ਕਿੰਨਾ ਗਲਤ ਕੰਮ ਕੀਤਾ ਸੀ ਇਹਨਾਂ ਕਾਫੀ ਸਾਰੇ ਲੋਕ ਮਾਰੇ ਗਏ ਸੀ ਜਦੋਂ ਨੇ ਰਾਸਤਾਨੀ ਸ਼ਿਫਟ ਕੀਤੀ ਸੀ ਸੋ ਅੰਗਰੇਜ਼ਾਂ ਨੇ ਵੀ ਪਹਿਲਾਂ ਕਲਕੱਤਾ ਨੂੰ ਬਣਾਈ ਸੀ ਰਾਸਤਾਨੀ ਬਾਅਦ ਦੇ ਵਿੱਚ ਉਹਨਾਂ ਨੂੰ ਸੂਟੇਬਲ ਕਿਹੜੀ ਲੱਗੀ ਦਿੱਲੀ ਹੀ ਰੱਖੀ ਤੇ 1911 ਦੇ ਵਿੱਚ ਉਹਨਾਂ ਨੇ ਦਿੱਲੀ ਨੂੰ ਹੀ ਦੁਬਾਰਾ ਜਿਹੜਾ ਸੀ ਆਪਣੀ ਰਾਸਤਾਨੀ ਬਣਾ ਲਿਆ ਸੋ ਅੱਜ ਵੀ ਆਪਾਂ ਦੇਖੀਏ ਤਾਂ ਦਿੱਲੀ ਆਪਣੀ ਰਾਸਤਾਨੀ ਆ ਸੋ ਇਹ ਵੀ ਚੀਜ਼ ਹੈਗੀ ਹੈ ਨਾ ਸੋ ਰਾਜਨੀਤਿਕ ਇਕਤਾ ਦੀ ਘਾਟ ਭਾਰਤ ਦੇ ਅੰਦਰ ਰਾਜਨੀਤਿਕ ਇਕਤਾ ਜਿਹੜੀ ਹੈਗੀ ਆ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਕਿਉਂ ਕਿ ਇੱਥੇ ਟਟਵਰਤੀ ਮੈਦਾਨ ਪਠਾਰ ਮੈਦਾਨ ਪਰਬਤ ਹੈ ਨਾ ਸੋ ਕਾਫੀ ਸਾਰਾ ਜਿਹੜਾ ਹੈਗਾ ਜੀਓਗ੍ਰਾਫੀਕਲ ਵਾਈਜ਼ ਵੀ ਬਹੁਤ ਜ਼ਿਆਦਾ ਨੇ ਡਿਫਰੈਂਸਿਸ ਹੈ ਕਾਫੀ ਸਾਰੇ ਅੰਤਰ ਨੇ ਤਾਂ ਕਰਕੇ ਜਿਹੜਾ ਹੈਗਾ ਲੋਕਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਮੇਲ ਮਿਲਾ ਬਹੁਤ ਘੱਟ ਹੋਇਆ ਜਿਹੜੇ ਜਿੱਥੇ ਰਹਿੰਦੇ ਸੀ ਉੱਥੇ ਹੀ ਰਹਿੰਦੇ ਸੀਗੇ ਹੈਨਾ ਸੋ ਇਸ ਕਰਕੇ ਜਿਹੜਾ ਹੈਗਾ ਰੇਗਿਸਤਾਨ ਵੀ ਹੈਗਾ ਇੱਕ ਪਾਸੇ ਇੱਕ ਪਾਸੇ ਜੰਗਲ ਪਹਾੜ ਨੇ ਤਾਂ ਇੱਕ ਦੂਜੇ ਨਾਲ ਜਿਹੜਾ ਹੈਗਾ ਕਮਿਊਨੀਕੇਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਸੀ ਸੋ ਤਾਂ ਕਰਕੇ ਭਾਰਤ ਤੇ ਹਮਲੇ ਹੋਏ ਨੇ ਤੇ ਗੁਲਾਮੀ ਦਾ ਵੀ ਮੂੰਹ ਦੇਖਣਾ ਪਿਆ ਕਿਉਂਕਿ ਅਸੀਂ ਜਿਹੜੇ ਸੀਗੇ ਏਕਤਾ ਦੀ ਬਹੁਤ ਜ਼ਿਆਦਾ ਘਾਟ ਸੀਗੀ ਹੈਨਾ ਹੁਣ ਲੇਕਿਨ ਹੈਗੀ ਸਾਡੇ ਵਿੱਚ ਏਕਤਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਸੰਭਲ ਗਏ ਹਾਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਹੁਣ ਆਪਾਂ ਨੇ ਕਾਫੀ ਸਾਲਾਂ ਬਾਅਦ ਜਿਹੜਾ ਹੈ ਆਜ਼ਾਦ ਹੋਏ ਸੋ ਆਪਾਂ ਸਮਝ ਗਏ ਪਹਿਲਾਂ ਇਹ ਚੀਜ਼ ਬਹੁਤ ਘਾਟ ਸੀ ਦੱਖਣੀ ਪੂਰਬੀ ਦੇਸ਼ਾਂ ਦੇ ਨਾਲ ਡੂੰਗਾ ਸੰਬੰਧ ਪੁਰਾਤਨ ਕਾਲ ਚ ਕੀ ਹੁੰਦਾ ਸੀ ਭਾਰਤ ਦੇ ਜਿਹੜੇ ਦੱਖਣੀ ਪੂਰਬੀ ਦੇਸ਼ ਸੀ ਉਹਨਾਂ ਨਾਲ ਸਾਡਾ ਡੂੰਗਾ ਸੰਬੰਧ ਰਿਹਾ ਸੀ ਕਿਉਂਕਿ ਭਾਰਤ ਦੀ ਭੂਗੋਲਿਕ ਸਥਿਤੀ ਕਰਕੇ ਹੀ ਇਹ ਸੰਭਵ ਰਿਹਾ ਹੈ ਭਾਰਤ ਦੇ ਨੇੜੇ ਲੰਕਾ ਹੋ ਗਿਆ ਬਰਮਾ ਜਾਵਾ ਕੰਪੋਡੀਆ ਬਾਲੀ ਮਲਾਇਆ ਇਹ ਦੇਸ਼ ਨੇ ਭਾਰਤੀ ਵਪਾਰੀ ਉਹਨਾਂ ਦੇਸ਼ਾਂ ਦੇ ਵਿੱਚ ਗਏ ਅਤੇ ਉਪਨਿਵੇਸ਼ ਉੱਥੇ ਜਾ ਕੇ ਉਹਨਾਂ ਨੇ ਵਪਾਰ ਕੀਤਾ ਹੈਨਾ ਉਥੋਂ ਦਾ ਉੱਥੇ ਜਾ ਕੇ ਆਪਣਾ ਕਲਚਰ ਜਿਹੜਾ ਸੀ ਫੈਲਾਇਆ ਉਹਨਾਂ ਤੋਂ ਆਪਣਾ ਉਹਨਾਂ ਦਾ ਕਲਚਰ ਸਿੱਖ ਕੇ ਆਇਆ ਆਪਣਾ ਉਥੇ ਠੀਕ ਹੈ ਵਿਸਥਾਰ ਕਰਕੇ ਆਏ ਨੇ ਸੋ ਇਸ ਕਰਕੇ ਜਿਹੜਾ ਹੈਗਾ ਸਾਹਿਤ ਦਾ ਉਹਨਾਂ ਨੇ ਪ੍ਰਚਾਰ ਕੀਤਾ ਮੰਦਰ ਵੀ ਆਪਾਂ ਬਣਵਾਏ ਉੱਥੇ ਜਾ ਕੇ ਭਾਰਤੀਆਂ ਨੇ ਠੀਕ ਹੈ ਅਤੇ ਉਹਨਾਂ ਦਾ ਕਲਚਰ ਵੀ ਆਪਾਂ ਸਿੱਖ ਕੇ ਆਏ ਇੱਥੇ ਅਤੇ ਇੱਥੇ ਆ ਕੇ ਜਿਹੜਾ ਸੀਗਾ ਕਾਫੀ ਸਾਰਾ ਅੱਗੇ ਜਿਹੜਾ ਹੈ ਆਪਣੇ ਵਿਸਥਾਰ ਕੀਤਾ ਕਲਚਰ ਦਾ ਸੋ ਐਦਾਂ ਜਿਹੜਾ ਹੈ ਦੱਖਣੀ ਪੂਰਬੀ ਦੇਸ਼ਾਂ ਦੇ ਨਾਲ ਵੀ ਸਾਡੇ ਡੂੰਘੇ ਸਮੁੰਦਰੇ ਨੇ ਸ਼ੁਰੂ ਤੋਂ ਹੀ ਉਸ ਤੋਂ ਬਾਅਦ ਕੱਲ ਕਰੀਏ ਤਾਂ ਨਦੀਆਂ ਪਹਾੜਾਂ ਤੇ ਜੰਗਲਾਂ ਦਾ ਪ੍ਰਭਾਵ ਭਾਰਤ ਦੇ ਵਿੱਚ ਬਹੁਤ ਸਾਰੀਆਂ ਨਦੀਆਂ ਸੀਗੀਆਂ ਹੈ ਨਾ ਹੁਣ ਵੀ ਹੈਗੀਆਂ ਨੇ ਇਸ ਕਰਕੇ ਜਿਹੜਾ ਹੈ ਭਾਰਤ ਦੇ ਵਪਾਰ ਕਰਨਾ ਸੰਚਾਰ ਕਰਨਾ ਜਿਹੜਾ ਹੈ ਆਪਣੇ ਦੂਜੇ ਦੇਸ਼ਾਂ ਨਾਲ ਵੀ ਸੰਭਵ ਹੈ ਭਾਰਤ ਦੇ ਅੰਦਰ ਵੀ ਜਿਹੜਾ ਹੈਗਾ ਵਪਾਰ ਕਰਨਾ ਬਹੁਤ ਸੰਭਵ ਹੈਗਾ ਖੇਤੀਬਾੜੀ ਵੀ ਇੱਥੇ ਵਿਕਸਿਤ ਹੈਗੀ ਹੈ ਕਿਉਂਕਿ ਮੈਦਾਨ ਬੜੇ ਫਰਟਾਈਲ ਨੇ ਗੰਗਾ ਦੇ ਹੈ ਨਾ ਗੰਗਾ ਗੰਗਾ ਦੇ ਮੈਦਾਨ ਬਹੁਤ ਫਰਟਾਈਲ ਨੇ ਨਦੀਆਂ ਕਿਨਾਰੇ ਬਹੁਤ ਸਾਰਾ ਜਿਹੜਾ ਹੈਗਾ ਵਿਕਸਿਤ ਨਗਰ ਵੀ ਬਣੇ ਹੋਏ ਨੇ ਜਿਵੇਂ ਹਰਦਵਾਰ ਹੋ ਗਿਆ ਕਾਸ਼ੀ ਹੋ ਗਿਆ ਪ੍ਰਿਆਗ ਹੋ ਗਿਆ ਠੀਕ ਹੈ ਸੋ ਇਸ ਕਰਕੇ ਜਿਹੜਾ ਹੈਗਾ ਭਾਰਤ ਦੀਆਂ ਨਦੀਆਂ ਨੇ ਕਈ ਵਾਰ ਹਮਲਾਵਰਾਂ ਨੂੰ ਵੀ ਭਾਰਤ ਦੇ ਅੰਦਰ ਆਉਣ ਤੋਂ ਰੋਕਿਆ ਹੈਗਾ ਤੇ ਕਈਆਂ ਕਈਆਂ ਨੇ ਨਦੀਆਂ ਨੇ ਜਿਹੜਾ ਹੈਗਾ ਸਹਾਇਤਾ ਦਿੱਤੀ ਹੈ ਤੇ ਕਈਆਂ ਨੇ ਰੋਕਿਆ ਹੈਗਾ ਹੈਨਾ ਤੋ ਜਿਵੇਂ ਕਿ ਸਿਕੰਦਰ ਬਿਆਸ ਨਦੀ ਦੇ ਵਿੱਚ ਆਏ ਹੜ੍ਹ ਕਰਕੇ ਜਿਹੜਾ ਸੀਗਾ ਵਾਪਸ ਹੋ ਗਿਆ ਸੀਗਾ ਹੈਨਾ ਕਈ ਤਾਂ ਪਾਰ ਪਾਰ ਕਰਕੇ ਆ ਗਏ ਨੇ ਕਈ ਜਿਹੜੇ ਨੇ ਵਿਚਾਰੇ ਰਹਿ ਗਏ ਨੇ ਕਿਉਂਕਿ ਪਾਰ ਕਰਨਾ ਬਹੁਤ ਕਾਫੀ ਨਦੀਆਂ ਨੇ ਜਿਨ੍ਹਾਂ ਚ ਹਾੜੀ ਆਇਆ ਰੰਦਾ ਉਹਨਾਂ ਨੂੰ ਪਾਰ ਕਰਨਾ ਬਹੁਤ ਮੁਸ਼ਕਿਲ ਸੀ ਹੜ੍ਹ ਕਿਸ ਕਰਕੇ ਆਂਦਾ ਓਬਵੀਅਸ ਜਿਹੜੇ ਹਿਮਾਲਿਆ ਪਰਬਤ ਦੀਆਂ ਚੋਟੀਆਂ ਦਾ ਜਿਹੜਾ ਹੈਗਾ ਬਰਫ਼ ਖੁਰਤੀ ਹੈਗੇ ਤਾਂ ਕਰਕੇ ਜਿਹੜਾ ਹੈਗਾ ਹਾੜਾ ਨੇ ਇਸ ਕਰਕੇ ਜਿਹੜਾ ਹੈਗਾ ਨਦੀਆਂ ਕਰਕੇ ਹੀ ਭਾਰਤ ਦੇ ਵਿੱਚ ਉਪਜਾਊ ਮੈਦਾਨਾਂ ਦਾ ਜਨਮ ਹੋਇਆ ਹੈ ਹਨ ਜਿਸ ਕਰਕੇ ਭਾਰਤ ਵਿੱਚ ਪੈਦਾਵਾਰ ਬਹੁਤ ਵਿਕਸਿਤ ਹੈ ਹਿਮਾਲਿਆ ਪਰਬਤ ਹਮੇਸ਼ਾ ਤੋਂ ਹੀ ਹਮਲਾਵਰਨ ਨੂੰ ਤਾਂ ਰੋਕ ਕੇ ਰੱਖਦਾ ਹੈਗਾ ਜੰਗਲਾਂ ਕਰਕੇ ਪੰਜਾਬ ਵਿੱਚ ਸਿੱਖਾਂ ਨੇ ਮੁਗਲਾਂ ਨੇ ਸਿੱਖਾਂ ਨੇ ਮੁਗਲਾਂ ਤੇ ਅਫਗਾਨਾਂ ਦੇ ਨਾਲ ਲੜਾਈਆਂ ਲੜੀਆਂ ਬੰਦਾ ਸਿੰਘ ਬਹਾਦਰ ਦੀ ਮੌਤੇ ਪਿੱਛੋਂ ਦੀ ਜਦੋਂ ਸਿੱਖਾਂ ਨੇ ਸਿੱਖਾਂ ਦੇ ਉੱਤੇ ਘੋਰ ਆਤਿਆਚਾਰ ਹੋ ਰਿਹਾ ਸੀ ਤਾਂ ਉਹਨਾਂ ਨੇ ਪਹਾੜਾਂ ਦੀ ਸ਼ਰਨ ਲਈ ਸੀ ਜੰਗਲਾਂ ਦੀ ਸ਼ਰਨ ਲਈ ਸੀ ਅਤੇ ਗੁਰੀਲਾ ਯੁੱਧ ਪ੍ਰਣਾਲੀ ਦੇ ਨਾਲ ਮੁਗਲਾਂ ਦੇ ਵਿਰੁੱਧ ਯੁੱਧ ਕੀਤੇ ਸੀ ਸੋ ਤਾਂ ਕਰਕੇ ਜਿਹੜੇ ਹੈ ਨਦੀਆਂ ਅਤੇ ਪਹਾੜ ਅਤੇ ਜੰਗਲਾਂ ਦਾ ਆਪਣਾ ਆਪਣਾ ਪ੍ਰਭਾਵ ਪੈਂਦਾ ਹੈਗਾ ਭਾਰਤ ਦੀ ਭੂਗੋਲਿਕ ਵਿਸ਼ੇਸ਼ਤਾਵਾਂ 'ਤੇ ਸਮਾਜਿਕ ਪ੍ਰਭਾਵ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜਿਹੜੀ ਹੈ ਸਹਿਣਸ਼ੀਲਤਾ ਤੇ ਪ੍ਰੋਨਾਚਾਰੀ ਦੀ ਭਾਵਨਾ ਠੀਕ ਹੈ ਆਪਾਂ ਬਾਟ ਟਾਇਲਟ ਕਰਦੇ ਹੁਣ ਗਾਂਧੀ ਜੀ ਨੂੰ ਤੁਸੀਂ ਦੇਖੋ ਗਾਂਧੀ ਜੀ ਨੇ ਕਿੰਨਾ ਟਾਇਲਟ ਕਰਨਾ ਆਪਾਂ ਨੂੰ ਸਿਖਾਇਆ ਹੈ ਨਾ ਪ੍ਰੌਣਾਚਾਰੀ ਦੀ ਭਾਵਨਾ ਆਪਾਂ ਅੰਗਰੇਜ਼ਾਂ ਦਾ ਵੀ ਸਤਿਕਾਰ ਕੀਤਾ ਸੀ ਪ੍ਰੌਣਾਚਾਰੀ ਕੀਤੀ ਸੀ ਲੇਕਿਨ ਉਹ ਆਪਣੀ ਪ੍ਰੌਣਾਚਾਰੀ ਦਾ ਜਿਹੜਾ ਹੈਗਾ ਉਹਨਾਂ ਨੇ ਫਾਇਦਾ ਚੱਕਿਆ ਸੋ ਇਸ ਕਰਕੇ ਜਿਹੜਾ ਹੈ ਭਾਰਤ ਸ਼ੁਰੂ ਤੋਂ ਹੀ ਸਹਿਨਸ਼ੀਲਤਾ ਤੇ ਪ੍ਰੌਣਾਚਾਰੀ ਦੀ ਭਾਵਨਾ ਰੱਖਦਾ ਆ ਭਾਰਤ ਹਮੇਸ਼ਾ ਤੋਂ ਹੀ ਉਦਾਰ ਸਹਿਨਸ਼ੀਲ ਅਤੇ ਪ੍ਰੌਣਾਚਾਰੀ ਰਹੇ ਨੇ ਇਸ ਲਈ ਕਹਨਗੇ ਭਾਰਤ ਦੀ ਭੂਗੋਲਿਕ ਸਥਿਤੀ ਕਿਉਂਕਿ ਇੱਥੇ ਵੱਖ-ਵੱਖ ਪ੍ਰਕਾਰ ਦੀ ਧਰਤੀ ਹੈ ਜਲਵਾਯੂ ਹੈ ਇਸੇ ਕਰਕੇ ਵੱਖ-ਵੱਖ ਨਸਲਾਂ ਤਰਮਾ ਜਾਂਦਾ ਪਛਾਵਾ ਦੇ ਲੋਕ ਜਿਹੜੇ ਨੇ મતਭੇਦ ਨੂੰ ਸਵੀਕਾਰ ਕਰਦੇ ਨੇ ਸਾਨੂੰ ਪਤਾ ਹੈ ਕਿ ਹਨਾ ਵੀ ਸਾਡੇ ਸਾਡੇ ਭਾਰਤ ਦੇ ਵਿੱਚ ਬਹੁਤ ਸਾਰੇ ਧਰਮ ਦੇ ਲੋਕ ਰਹਿੰਦੇ ਨੇ ਨਸਲਾਂ ਦੇ ਲੋਕ ਰਹਿੰਦੇ ਤਾਂ ਸਾਨੂੰ ਪਤਾ ਹੈਗਾ ਕਿ ਅਸੀਂ ਜਿਹੜਾ ਹੈ ਇੱਕ ਦੂਜੇ ਨੂੰ ਟੌਲਰੇਟ ਕਰਨਾ ਹੈ ਹਰੇਕ ਧਰਮ ਨੂੰ ਅਸੀਂ ਮੰਨਣਾ ਹੈਗਾ ਟੌਲਰੇਟ ਕਰਨਾ ਹੈ ਠੀਕ ਹੈ ਹੁਣ ਹਿੰਦੂ ਨੇ ਸਿੱਖਾਂ ਦਾ ਧਰਮ ਟੌਲਰੇਟ ਕਰਦੇ ਨੇ ਸਿੱਖ ਹਿੰਦੂ ਦਾ ਧਰਮ ਟੌਲਰੇਟ ਕਰਦੇ ਨੇ ਹਨਾ ਮੁਸਲਮਾਨ ਇੱਕ ਦੂਜੇ ਦਾ ਧਰਮ ਜਿਹੜਾ ਨੇ ਸਿੱਖ ਹਿੰਦੂ ਮੁਸਲਮਾਨਾ ਸਾਰੇ ਜਿਹੜੇ ਇੱਕ ਦੂਜੇ ਦਾ ਧਰਮ ਟੌਲਰੇਟ ਕਰਦੇ ਆ ਜੀ ਆਪਾਂ ਧਰਮ ਦੇ ਨਾਮ ਤੇ ਮਤਭੇਦ ਘਰੀ ਤਾਂ ਰੋਜੀ ਹਨਾ ਕਨਫਲਿਕਟ ਪੈਦਾ ਹੋ ਜੇ ਤਾਂ ਇਹ ਚੀਜ਼ ਸਾਡੇ ਤੋਂ ਸ਼ੁਰੂ ਤੋਂ ਹੈ ਕਿ ਅਸੀਂ ਇੱਕ ਦੂਜੇ ਦਾ ਧਰਮ ਜਿਹੜਾ ਨਸਲ ਲਿੰਗ ਜੋ ਵੀ ਹੈਗਾ ਹਨਾ ਅਸੀਂ ਟਾਇਲਟ ਖੜਦੇ ਹਾਂ ਸੋ ਇਸ ਕਰਕੇ ਜਿਹੜਾ ਹੈਗਾ ਭਾਰਤ ਵਿੱਚ ਸਹਿਣਸ਼ੀਲਤਾ ਤੇ ਪਰਉਣਾਚਾਰੀ ਦੀ ਭਾਵਨਾ ਅਤੇ ਇਕਤਾ ਸਾਡੇ ਚ ਪਾਈ ਜਿੰਦੀ ਹੈ ਮਿਲ ਜੁਲ ਕੇ ਅਸੀਂ ਰਹਿੰਦੇ ਹਾਂ ਇਸ ਕਰਕੇ ਸਾਡੇ ਜਜ਼ਬਾ ਇਹ ਹੈ ਖੂਨ ਦੇ ਵਿੱਚ ਹੀ ਮਿਲਦਾ ਸ਼ੁਰੂ ਤੋਂ ਹੀ ਵੱਖ-ਵੱਖ ਵਿਦੇਸ਼ੀ ਯਾਤਰੀ ਇੱਥੇ ਆਉਂਦੇ ਰਹੇ ਨੇ ਅਸੀਂ ਉਹਨਾਂ ਦੀ ਪਰਉਣਾਚਾਰੀ ਕੀਤੀ ਹੈ ਹੁਣ ਸੰਗ ਆਇਆ ਹੈ ਨਾ ਫਾਹੀਆਨ ਆਇਆ ਸੋ ਕਾਫੀ ਸਾਰੇ ਜਿਹੜੇ ਯਾਤਰੀ ਇੱਥੇ ਆਉਂਦੇ ਅਸੀਂ ਉਹਨਾਂ ਦੀ ਪਰਉਣਾਚਾਰੀ ਕੀਤੀ ਹੈ ਸੋ ਫਿਰ ਜੇ ਗੱਲ ਕਰੀਏ ਪੰਜਾਬ ਦੇ ਲੋਕਾਂ ਦੀ ਬਹਾਦਰ ਹੁਣ ਪੰਜਾਬ ਦੇ ਲੋਕ ਕੀ ਨੇ ਬਹਾਦਰ ਨੇ ਹੈਨਾ ਤੇ ਯੂਪੀ ਦੇ ਲੋਕ ਕੀ ਨੇ ਸ਼ਾਂਤਮਈ ਤੇ ਬੁੱਧੀਮਾਨ ਯੂਪੀ ਦੇ ਵਿੱਚ ਕੀ ਹੁੰਦੇ ਨੇ ਬਹੁਤ ਜ਼ਿਆਦਾ ਆਈਐਸ ਆਈਪੀਐਸ ਅਫਸਰ ਨਿਕਲਦੇ ਨੇ ਹੈਨਾ ਪੰਜਾਬ ਦੇ ਵਿੱਚ ਬਹਾਦਰ ਯੋਧੇ ਨਿਕਲਦੇ ਨੇ ਦੱਖਣੀ ਭਾਰਤ ਦੇ ਵਿੱਚ ਜਿਹੜੇ ਲੋਕ ਨੇ ਉਹ ਵੱਖੋ ਵੱਖਾ ਉਹਨਾਂ ਦਾ ਰਹਿਣ ਸਹਿਣ ਹੈ ਕਿਉਂਕਿ ਉੱਥੇ ਜਿਹੜਾ ਕਲਚਰ ਬਹੁਤ ਜ਼ਿਆਦਾ ਐਕਸਪੈਂਡ ਹੋਇਆ ਸੀਗਾ ਮਹਾਰਾਸ਼ਟਰ ਦੇ ਲੋਕ ਦੇਖੀਏ ਤਾਂ ਬਹੁਤ ਜ਼ਿਆਦਾ ਮਿਹਨਤੀ ਨੇ ਅਤੇ ਸਰਲ ਸੁਭਾਅ ਦੇ ਦੇ ਸਿੰਪਲ ਜਿਹੜੇ ਨੇ ਭੋਲੇ ਲੋਕ ਨੇ ਹੁਣ ਇਹ ਸਭ ਕੁਝ ਕਿਉਂ ਹੋਇਆ ਕਿਉਂਕਿ ਭਾਰਤ ਆਪਣੀ ਭੂਗੋਲਿਕ ਸਥਿਤੀ ਕਰਕੇ ਜਿਹੜਾ ਹੈ ਸ਼ੁਰੂ ਤੋਂ ਹੀ ਪਰਵੇਸ਼ ਦੁਆਰ ਹੈ ਹਮਲਿਆਂ ਦਾ ਸਭ ਤੋਂ ਪਹਿਲਾਂ ਜਿਹੜਾ ਹੈ ਸਾਹਮਣਾ ਪੰਜਾਬ ਕਰਦਾ ਰਿਹਾ ਆਪਣਾ ਪੰਜਾਬ ਤਾ ਕਰਕੇ ਇਥੋ ਦੇ ਲੋਕ ਬਹੁਤ ਜਲਦੀ ਹਾਈਪਰ ਹੋ ਜਾਂਦੇ ਨੇ ਗੁੱਸੇਲੇ ਬਹਾਦਰ ਨੇ ਨੀਡਰ ਨੇ ਹੌਸਲੇ ਵਾਲੇ ਨੇ ਆਤਮਿਸ਼ਵਾਰ ਵਾਲੇ ਨੇ ਕਿਉਂਕਿ ਸਭ ਤੋਂ ਪਹਿਲਾਂ ਲੜਾਈਆਂ ਜਿਹੜੀਆਂ ਨੇ ਆਪਾਂ ਪੰਜਾਬ ਦੇ ਵਿੱਚ ਹੀ ਹੁੰਦੀਆਂ ਸੀ ਪਰ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਚੀਜ਼ ਫੇਸ ਕਰਨੀ ਪੈਂਦੀ ਸੀ ਕਿ ਹਮਲਾਵਰ ਆ ਰਹੇ ਨੇ ਹੈਨਾ ਲੇਕਿਨ ਯੂਪੀ ਦੇ ਲੋਕ ਨੇ ਉਹਨਾਂ ਨੂੰ ਐਸਾ ਕੁਝ ਨਹੀਂ ਹੋਇਆ ਤਾਂ ਕਰਕੇ ਜਿਹੜਾ ਹੈ ਕਿਉਂਕਿ ਉਹ ਜਿਹੜਾ ਏਰੀਆ ਹੈ ਯੂਪੀ ਸਾਈਡ ਦਾ ਗੰਗਾ ਦੇ ਮੈਦਾਨਾਂ ਵਾਲਾ ਏਰੀਆ ਹੈ ਹੈਨਾ ਸੋ ਤਾਂ ਕਰਕੇ ਜਿਹੜਾ ਹੈਗਾ ਇੱਥੇ ਲੋਕ ਨੇ ਬਿਲਕੁਲ ਸ਼ਾਂਤ ਅਤੇ ਬੁੱਧੀਮਾਨ ਇਤਿਹਾਸਿਕ ਯੁੱਧ ਇੱਥੇ ਬਹੁਤ ਘੱਟ ਹੋਏ ਨੇ ਇਸ ਕਰਕੇ ਜਿਹੜਾ ਹੈਗਾ ਇਸ ਕਰਕੇ ਜਿਹੜਾ ਹੈ ਇੱਥੇ ਇਹਨਾਂ ਨੂੰ ਸੰਘਰਸ਼ ਬਹੁਤ ਘੱਟ ਕਰਨਾ ਪਿਆ ਪੰਜਾਬ 'ਚ ਤਾਂ ਬਹੁਤ ਸੰਘਰਸ਼ ਹੋਏ ਨੇ ਆਪਾਂ ਨੂੰ ਕਿੰਨੀ ਜਦੋ ਜਦ ਸੈਨ ਕਰਨੀ ਪਈ ਲੇਕਿਨ ਇੱਥੋਂ ਦੇ ਯੂਪੀ ਦੇ ਲੋਕਾਂ ਨੇ ਇਹ ਚੀਜ਼ ਬਹੁਤ ਹੀ ਘੱਟ ਸੰਘਰਸ਼ ਸੈਨ ਕਰਨਾ ਪਿਆ ਹੈ ਇਸ ਲਈ ਉਹਨਾਂ ਨੇ ਕੀ ਕੀਤਾ ਕਿਉਂਕਿ ਫਰਟਾਈਲ ਉੱਥੇ ਭੂਮੀ ਉਜਾਊ ਭੂਮੀ ਤਾਂ ਉਹਨਾਂ ਨੇ ਆਪਣਾ ਜਿਹੜਾ ਟਾਈਮ ਸੀ ਨਾ ਸਿੱਖਿਆ ਵਾਲ ਸਾਹਿਤ ਕਲਾ ਧਰਮ ਵਾਲ ਦੇਣਾ ਸ਼ੁਰੂ ਕਰਤਾ ਇਸੇ ਕਰਕੇ ਜਿਹੜਾ ਯੂਪੀ ਸਾਈਡ ਵਾਲੇ ਏਰੀਆਜ਼ ਨੇ ਉੱਥੇ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਬਹੁਤ ਵਿਕਾਸ ਮਿਲਦਾ ਅਤੇ ਉੱਥੇ ਲੋਕ ਵੀ ਬਹੁਤ ਜ਼ਿਆਦਾ ਸਿੱਖਿਆ ਵੱਲ ਧਿਆਨ ਦਿੰਦੇ ਨੇ ਜੇ ਦੱਖਣੀ ਭਾਰਤ ਦੀ ਗੱਲ ਕਰੀਏ ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਵਿਦਿਆੰਚਲ ਅਤੇ ਸਤਪੂੜਾ ਸਾਈਡ ਦੇ ਲੋਕ ਨੇ ਇਹ ਲੋਕ ਉੱਤਰੀ ਭਾਰਤ ਦੇ ਲੋਕਾਂ ਤੋਂ ਬਿਲਕੁਲ ਡਿਫਰੈਂਟ ਨੇ ਕਿਉਂਕਿ ਇੱਥੇ ਜਿਹੜਾ ਹੈ ਵਿਧਿਆ ਅੰਛਲ ਅਤੇ சதਪੂੜਾ ਪਹਾੜਤ ਨੇ ਦੱਖਣੀ ਭਾਰਤ ਨੂੰ ਉੱਤਰੀ ਭਾਰਤ ਤੋਂ ਅਲੱਗ ਕਰ ਦੇਣਾ ਇਸ ਕਰਕੇ ਜਿਹੜਾ ਹੈ ਇਹਨਾਂ ਦਾ ਰਹਿਣ ਸਹਿਣ ਖਾਣਾ ਪੀਣਾ ਬਿਲਕੁਲ ਡਿਫਰੈਂਟ ਹੈ ਅਤੇ ਰੀਤੀ ਰਿਵਾਜ ਬਿਲਕੁਲ ਡਿਫਰੈਂਟ ਨੇ ਠੀਕ ਹੈ ਉੱਤਰੀ ਭਾਰਤ ਤੋਂ ਦੱਖਣੀ ਭਾਰਤ ਬਿਲਕੁਲ ਹੀ ਤਮਿਲ ਸਾਈਡ ਵਾਲੇ ਹੈ ਨਾ ਇਹ ਸਾਰੇ ਸਾਊਥ ਵਾਲੇ ਸੋ ਉਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਮਹਾਰਾਸ਼ਟਰ ਮਹਾਰਾਸ਼ਟਰ ਜਿਹੜੇ ਲੋਕ ਨੇ ਬਹੁਤ ਮਿਹਨਤੀ ਨੇ ਸਰਲ ਸੁਭਾਅ ਦੇ ਨੇ ਕਿਉਂਕਿ ਇਹਨਾਂ ਦਾ ਵੀ ਜਿਹੜਾ ਹੈਗਾ ਸੰਘਰਸ਼ ਇਹਨਾਂ ਨੇ ਨਹੀਂ ਕੀਤਾ ਜਿੰਨਾ ਪੰਜਾਬ ਨੇ ਕੀਤਾ ਸਭ ਤੋਂ ਜ਼ਿਆਦਾ ਸੰਘਰਸ਼ ਪੰਜਾਬ ਨੇ ਕਰ ਕੀਤਾ ਤਾਂ ਕਰਕੇ ਇੱਥੇ ਬਹਾਦਰ ਠੀਕ ਹੈ ਲੋਕ ਰਹੇ ਨੇ ਸਭ ਤੋਂ ਜ਼ਿਆਦਾ ਅਤੇ ਬਹੁਤ ਹੀ ਜ਼ਿਆਦਾ ਇਹ ਅਨਪੇਸ਼ੈਂਟਸ ਲੋਕ ਰਹੇ ਨੇ ਸੋ ਮਹਾਰਾਸ਼ਟਰ ਦੇ ਲੋਕ ਓਨੇ ਹੀ ਮਿਹਨਤੀ ਸਰਲ ਸੁਭਾਅ ਦੇ ਨੇ ਮਹਾਰਾਸ਼ਟਰ ਦਾ ਜਿਹੜਾ ਪ੍ਰਦੇਸ਼ ਹੈ ਥੋੜਾ ਪर्वतीय ਹੈ ਭੂਮੀ ਪੱਥਰੀਲੀ ਹੈ ਲੋਕਾਂ ਨੂੰ ਗੁਜ਼ਾਰਾ ਕਰਨ ਲਈ ਇੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਸੋ ਤਾਂ ਕਰਕੇ ਜਿਹੜਾ ਹੈਗਾ ਉਹ ਮਿਹਨਤੀ ਲੋਕ ਨੇ ਮਰਾਠਿਆਂ ਦਾ ਆਚਰਣ ਮਹਾਰਾਸ਼ਟਰ ਦੇ ਮਰਾਠੇ ਹਨਾ ਆਪਾਂ ਪੜਿਆ ਹੈ ਨਾ ਪਿੱਛੇ ਹਿਸਟਰੀ ਤਾਂ ਮਹਾਰਾ ਮਰਾਠਿਆਂ ਦੇ ਜਿਹੜੇ ਆਚਰਣ ਨੇ ਉਹਨਾਂ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਭਾਰਤ ਦੀ ਇਸਪੋਗੋਲਿਕ ਸਥਿਤੀ ਕਰਕੇ ਹੀ ਨੇ ਕਿਉਂਕਿ ਉਹ ਜਿਹੜੇ ਨੇ ਟਾਇਲਟ ਬਹੁਤ ਕਰਦੇ ਨੇ ਮੀਨਤੀ ਬਹੁਤ ਨੇ ਸੋ ਮਰਾਠੇ ਜਿਹੜੀ ਕੈਸੀ ਕੌਮ ਹੁੰਦੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਸਰਲ ਸੁਭਾਅ ਦੇ ਹੁੰਦੇ ਨੇ ਸੋ ਏ ਸੀ ਤੁਹਾਡਾ ਅੱਜ ਦਾ ਟਾਪਿਕ ਹੋਪ ਤੁਹਾਨੂੰ ਚੰਗਾ ਲੱਗਿਆ ਹੋਗਾ ਇਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਹੈ ਆਰਥਿਕ ਪ੍ਰਭਾਵ ਠੀਕ ਹੈ ਕਰਾਂਗੇ ਧਾਰਮਿਕ ਪ੍ਰਭਾਵ ਅਤੇ ਸਭਿਆਚਾਰਕ ਪ੍ਰਭਾਵ ਜਿਹੜੇ ਹੈਗੇ ਨੇ ਤਿੰਨ ਪਰ ਤਰ੍ਹਾਂ ਦੇ ਪ੍ਰਭਾਵ ਰਹਿ ਗਏ ਨੇ ਦੋ ਆਪਾਂ ਕਵਰ ਕਰ ਲਏ ਨੇ ਰਾਜਨੀਤਿਕ ਅਤੇ ਸਮਾਜਿਕ ਜਿਹੜੇ ਤਿੰਨ ਰਹਿ ਗਏ ਨੇ ਆਪਾਂ ਨੈਕਸਟ ਵੀਡੀਓ ਚ ਕਵਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਨਾਲ ਹੀ ਪੈਨ ਅਤੇ ਕਾਪੀ ਲੈ ਕੇ ਬੈਠਿਆ ਕਰੋ ਤਾਂ ਕਿ ਕੋਈ ਵੀ ਐਕਸਟਰਨਲ ਨੌਲੇਜ ਜਿਹੜੀ ਮੈਂ ਦੰਨੀ ਹੋਵੇ ਤੁਸੀਂ ਨਾਲ ਦੀ ਨਾਲ ਅਟੇਨ ਕਰ ਪਾਓ ਸੋ ਥੈਂਕ ਯੂ ਸੋ ਮੱਚ